ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਨੂੰ ਨਵੇਂ ਸਾਲ 2024 ਦੀ ਬਹੁਤ ਬਹੁਤ ਵਧਾਈ। ਅਸੀਂ ਤੁਹਾਨੂੰ ਸ਼ੁਭੇਚਛਾਵਾਂ ਦਿੰਦੇ ਹਾਂ ਕਿ ਨਵਾਂ ਸਾਲ ਤੁਹਾਡੇ ਲਈ ਖੁਸ਼ੀਆਂ ਭਰਿਆ ਅਤੇ ਕਾਮਯਾਬੀਆਂ ਭਰਿਆ ਹੋਵੇ। ਤੁਸੀਂ ਗੁਰੂ ਮਹਾਰਾਜ ਦੇ ਲਾੜ ਲੱਗੇ ਰਹੋ ਅਤੇ ਸਿੱਖ ਫਲਸਫੇ ਦੇ ਵਿੱਚ ਵਿਸ਼ਵਾਸ ਆਪਣਾ ਕਾਇਮ ਰੱਖੋ। ਅੱਜ ਅਸੀਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਪੰਜਾਬ ਦਸਤਾਵੇਜ਼ ਵੱਲੋਂ 2023 'ਚ ਚੁੱਕੇ ਗਏ ਮਸਲਿਆਂ ਦੇ ਵਿਸਤਾਰ ਦੇਵਾਂਗੇ, ਯਾਨੀ ਕਿ ਇਟ ਇਜ਼ ਅ ਰੀਕੈਪ ਆਫ ਈਅਰ 2023। ਇਸ ਰੀਕੈਪ ਵੀਡੀਓ ਦੇ ਵਿੱਚ ਅਸੀਂ 12 ਵੱਡੇ ਇਸ਼ੂਜ਼ ਨੂੰ ਟੇਕਅਪ ਕਰਾਂਗੇ, ਤੁਹਾਡੇ ਸਾਹਮਣੇ ਰੱਖਾਂਗੇ, ਜਿਨ੍ਹਾਂ ਨੂੰ ਅਸੀਂ ਘੋਖਿਆ ਅਤੇ ਤੱਥਾਂ ਦੇ ਆਧਾਰ 'ਤੇ ਤੁਹਾਨੂੰ ਖਬਰਾਂ ਦਿੱਤੀਆਂ। ਗੁਰੂ ਮਹਾਰਾਜ ਤੋਂ ਡਰਦੇ ਹੋਏ ਅਸੀਂ ਕਹਿੰਦੇ ਹਾਂ ਕਿ ਸਾਡੀਆਂ ਖਬਰਾਂ ਦਾ ਪ੍ਰਭਾਵ ਸਰਕਾਰ 'ਤੇ ਅਤੇ ਸਮਾਜ 'ਤੇ ਬਹੁਤ ਹੀ ਸੁਖਾਵਾਂ ਯਾਨੀ ਕਿ ਪੋਜ਼ਿਟਿਵ ਰਿਹਾ। ਅਸੀਂ ਪੱਤਰਕਾਰਤਾ ਨੂੰ ਆਪਣਾ ਧਰਮ ਮੰਨਦੇ ਹੋਏ ਅਤੇ ਉਸਦੇ ਨਾਲ ਹੀ ਰੁਜ਼ਗਾਰ ਵੀ ਮੰਨਦੇ ਹੋਏ ਕਿਸੇ ਵੀ ਹਾਈ ਐਂਡ ਮਾਈਟੀ ਤੋਂ ਖੌਫ ਨਹੀਂ ਖਾਧਾ ਅਤੇ ਨਾ ਹੀ ਅੱਗੇ ਨੂੰ ਖਾਵਾਂਗੇ। ਤੁਹਾਨੂੰ ਵਿਸ਼ਵਾਸ ਦਿਵਾਉਂਦੇ ਹਾਂ, ਇਸ਼ਤਿਹਾਰ ਅਸੀਂ ਮੰਗਣ ਜਾਂਦੇ ਨਹੀਂ, ਖਰਚੇ ਬਹੁਤ ਸੀਮਿਤ ਰੱਖੇ ਆ ਚੈਨਲ ਦੇ, ਪਰ ਜੇ ਕੋਈ ਸਾਡੀ ਪੱਤਰਕਾਰੀ ਦੀ ਸਪੋਰਟ ਕਰਨਾ ਚਾਹੇ ਤਾਂ ਅਸੀਂ QR ਕੋਡ ਸਕਰੀਨ 'ਤੇ ਹਰ ਵੀਡੀਓ ਦੇ ਅੱਗੇ ਅਤੇ ਪਿੱਛੇ ਲਾਉਂਦੇ ਹਾਂ, ਆਪਣੀ ਸਮਝ ਦੇ ਮੁਤਾਬਕ, ਸ਼ਰਧਾ ਦੇ ਮੁਤਾਬਕ ਤੁਸੀਂ ਭੇਜ ਸਕਦੇ ਹੋ, ਸਾਨੂੰ ਸਪੋਰਟ ਕਰ ਸਕਦੇ ਹੋ, ਪਰ ਇਟ ਇਜ਼ ਨੋਟ ਕੰਪਲਸਰੀ, ਇਹ ਲਾਜ਼ਮੀ ਨਹੀਂ ਹੈ। ਮੈਂ ਤੁਹਾਡੇ ਨਾਲ ਗੱਲ ਕੀਤੀ ਹਾਈ ਐਂਡ ਮਾਈਟੀ ਦੀ। ਸਭ ਤੋਂ ਪਹਿਲਾਂ ਅਸੀਂ ਇਸ਼ੂ ਇਸ ਸਾਲ ਟੇਕਅਪ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਦੇ ਮੀਡੀਆ ਡਾਇਰੈਕਟਰ ਬਲਤੇਜ ਪੰਨੂ ਦਾ। ਤਰੀਕ ਸੀਗੀ 1 ਫਰਵਰੀ 2023। ਇਸ਼ੂ ਅਸੀਂ ਜਿਹੜੇ ਉਹਨਾਂ ਦੇ ਡਿਸਕਸ ਕੀਤੇ, 3 ਐਪੀਸੋਡ ਬਣਾਏ, ਐਪੀਸੋਡ ਨੰਬਰ 129, 130 ਅਤੇ 131। ਇਸ ਦੇ ਵਿੱਚ ਅਸੀਂ ਖੁਲਾਸਾ ਕੀਤਾ ਸੀ ਬਲਤੇਜ ਪੰਨੂ ਦੇ ਪਿਛੋਕੜ ਦਾ। ਅਸੀਂ ਖੁਲਾਸਾ ਕੀਤਾ ਸੀ ਕਿ ਉਹ OCI ਕਾਰਡ ਹੋਲਡਰ ਹੈ, ਯਾਨੀ ਕਿ ਓਵਰਸੀਜ਼ ਇੰਡੀਅਨ ਸਿਟੀਜ਼ਨ ਆਫ ਇੰਡੀਆ, ਅਤੇ ਉਹ ਭਾਰਤ ਦੇ ਵਿੱਚ ਕਿਸੇ ਵੀ ਸਰਕਾਰੀ ਨੌਕਰੀ 'ਚ ਸ਼ਾਮਲ ਨਹੀਂ ਹੋ ਸਕਦਾ, ਸਰਕਾਰੀ ਖਜ਼ਾਨੇ ਤੋਂ ਤਨਖਾਹ ਨਹੀਂ ਲੈ ਸਕਦਾ, ਪਰ ਭਗਵੰਤ ਮਾਨ ਦਾ ਦੋਸਤ ਹੋਣ ਕਰਕੇ ਉਸ ਨੂੰ ਕਰੀਬ 1.5 ਲੱਖ ਰੁਪਈਆ ਮਹੀਨਾ ਸਰਕਾਰੀ ਖਜ਼ਾਨੇ 'ਚੋਂ ਕਾਨੂੰਨ ਦੀ ਉਲੰਘਣਾ ਕਰਦੇ ਹੋਏ ਦਿੱਤਾ ਜਾ ਰਿਹਾ। ਅਸੀਂ ਇਸ ਇਹਨਾਂ ਐਪੀਸੋਡ ਦੇ ਵਿੱਚ ਜ਼ਿਕਰ ਮਿਸ ਪੰਜਾਬਣ PTC ਮਿਸ ਪੰਜਾਬਣ ਸ਼ੋਅ ਦੇ ਬਾਰੇ ਵੀ ਕੀਤਾ ਸੀ, ਜਿਸ ਦੇ ਵਿੱਚ ਜ਼ਿਕਰ ਹੋਇਆ ਸੀ ਨੈਂਸੀ ਘੁੰਮਣ ਦਾ, ਅਤੇ PTC ਦੇ ਜਿਹੜੇ CEO ਆ ਰਵਿੰਦਰ ਨਰਾਇਣ ਦਾ, ਉਹ ਤੁਸੀਂ ਵੇਖ ਸਕਦੇ ਹੋ। ਕੁੱਲ ਇਸ਼ੂ ਕੀਤੇ, ਐਪੀਸੋਡ ਕੀਤੇ 3। ਦੂਜਾ ਇਸ਼ੂ ਅਸੀਂ ਟੇਕਅਪ ਕੀਤਾ ਉਹ ਸੀਗਾ ਜੀ ਡਰੱਗਸ ਦਾ, ਜਿਹਦੇ ਵਿੱਚ AIG ਰਾਜਜੀਤ ਸਿੰਘ ਹੁੰਦਲ ਡਿਸਮਿਸ ਹੋਇਆ, SIT ਰਿਪੋਰਟਸ ਹਾਈਕੋਰਟ 'ਚ ਪੇਸ਼ ਹੋਈਆਂ, 4 ਚੋਂ 3 ਖੁੱਲੀਆਂ, 4th ਰਿਜੈਕਟ ਹੋ ਗਈ। ਇਹ ਸੀਗੀ ਅਪ੍ਰੈਲ ਦੀ ਗੱਲ, ਅਤੇ 16/4/23 ਨੂੰ ਅਸੀਂ ਪਹਿਲਾ ਐਪੀਸੋਡ ਇਹਦਾ ਕੀਤਾ ਸੀਗਾ। ਹੁਣ ਤੁਹਾਨੂੰ ਐਪੀਸੋਡ ਨੰਬਰ ਦੱਸ ਦਿੰਦੇ ਹਾਂ।
ਪਹਿਲਾ ਐਪੀਸੋਡ ਕੀਤਾ ਸੀ 126, ਫਿਰ ਐਪੀਸੋਡ ਨੰਬਰ 146, 160, 172, 182, 185, 186, 188, 193, 199, 200, 201, 202, 204, 207, 219, 227 ਅਤੇ ਫਿਰ 234। ਕੁੱਲ 18 ਐਪੀਸੋਡ ਅਸੀਂ ਡਰੱਗਸ ਦੇ ਉੱਤੇ ਇਸ ਸਾਲ ਦੇ ਵਿੱਚ ਤੁਹਾਡੇ ਸਾਹਮਣੇ ਰੱਖੇ। ਤੀਜਾ ਇਸ਼ੂ ਅਸੀਂ ਚੇਕਅਪ ਕੀਤਾ ਅਮਰੂਦ ਸਕੈਂਡਲ ਦਾ, ਜਿਹਦੇ ਵਿੱਚ 2 ਆਈਐਸ ਅਫਸਰਾਂ ਦੀਆਂ ਪਤਨੀਆਂ ਦਾ ਜ਼ਿਕਰ ਹੋਇਆ ਅਤੇ ਉਹ ਅਸੀਂ ਇਸ਼ੂ ਕੀਤਾ ਮਈ ਦੇ ਵਿੱਚ ਚੇਕਅਪ। 7/5/23 ਨੂੰ ਅਸੀਂ ਪਹਿਲਾ ਐਪੀਸੋਡ 214 ਅਤੇ ਫਿਰ 215 ਕੀਤਾ। ਖੈਰ ਮੁੱਖ ਤੌਰ 'ਤੇ 2 ਵੱਡੇ ਐਪੀਸੋਡ, ਪਰ ਇਸ ਸਕੈਂਡਲ ਦਾ ਜ਼ਿਕਰ ਅਸੀਂ ਹੋਰ ਵੀਡੀਓਜ਼ ਦੇ ਵਿੱਚ ਵੀ ਗਾਹੇ ਵਗਾਹੇ ਕਰਦੇ ਰਹੇ ਹਾਂ। ਅਮਰੂਦ ਸਕੈਂਡਲ 'ਤੇ ਸਾਡੇ ਵੱਲੋਂ ਕੀਤੀਆਂ ਵੀਡੀਓਜ਼ ਦੇ ਵਿੱਚ ਅਸੀਂ ਜ਼ਿਕਰ ਕਰਨਾ ਚਾਹੁੰਦੇ ਹਾਂ, ਸਾਨੂੰ ਸਹਿਯੋਗ ਦਿੱਤਾ ਬਾਕਰਪੁਰ ਪਿੰਡ ਦੇ ਸੇਵਾ ਸਿੰਘ ਨੇ, ਜਿਹੜੇ ਕਿ BKU ਭੁਪਿੰਦਰ ਮਾਨ ਗਰੁੱਪ ਮੋਹਾਲੀ ਯੂਨਿਟ ਦੇ ਜਨਰਲ ਸਕੱਤਰ ਨੇ। ਇਸ ਐਪੀਸੋਡ ਦੇ ਵਿੱਚ ਅਸੀਂ ਇਹ ਵੀ ਖੁਲਾਸਾ ਕੀਤਾ ਕਿਵੇਂ ਪੰਜਾਬ ਵਿਜੀਲੈਂਸ ਬਿਊਰੋ ਨੇ ਕੁਛ ਬੰਦੇ ਪਹਿਲਾਂ ਡਿਟੇਨ ਕੀਤੇ, ਬੁਲਾਏ, ਸੰਮਨ ਕੀਤੇ, ਫਿਰ ਛੱਡਤੇ, ਜਿਨ੍ਹਾਂ ਦੇ ਵੱਲ FIR ਦੇ ਮੁਤਾਬਕ 22 ਕਰੋੜ ਰੁਪਏ ਤੋਂ ਉੱਤੇ ਨਿਕਲਦਾ। ਉਹਨਾਂ ਨੇ ਸਰਕਾਰੀ ਖਜ਼ਾਨੇ ਨਾਲ ਠੱਗੀ ਮਾਰੀ, ਪਰ ਪੰਜਾਬ ਵਿਜੀਲੈਂਸ ਬਿਊਰੋ ਨੇ ਉਹਨਾਂ ਨੂੰ ਜਾਣ ਦਿੱਤਾ ਬਿਨਾਂ ਕੁਛ ਕਹੇ। 4th ਇਸ਼ੂ ਅਸੀਂ ਚੇਕਅਪ ਕੀਤਾ ਫੇਕ ਦਲਿਤ ਸਰਟੀਫਿਕੇਟਸ ਦਾ, ਬੜਾ ਲੰਬਾ ਚੌੜਾ ਇਸ਼ੂ ਚੱਲਿਆ। 8/5/23 ਨੂੰ, ਯਾਨੀ ਕਿ ਮਈ ਦੇ ਮਹੀਨੇ ਦੇ ਵਿੱਚ ਅਸੀਂ ਚੇਕਅਪ ਕੀਤਾ। ਸਭ ਤੋਂ ਪਹਿਲਾਂ ਐਪੀਸੋਡ ਨੰਬਰ ਬਣਿਆ ਜੀ 216, 232, 261, ਫਿਰ 265, 284, 288, 300, 325, 326, 327, 328, 329, 331, 332 ਅਤੇ ਫਿਰ 335, 342, 344 ਅਤੇ ਫਿਰ 355। ਕੁੱਲ 18 ਐਪੀਸੋਡ। ਇਹਨਾਂ 18 ਐਪੀਸੋਡ ਦੇ ਵਿੱਚੋਂ 11 ਐਪੀਸੋਡ ਸਿਰਫ ਵਿਜੀਲੈਂਸ ਬਿਊਰੋ ਦੀ ਕਾਰਕਰਦਗੀ ਬਾਰੇ ਹੈ, ਕਿਵੇਂ ਉਹਨਾਂ ਨੇ ਜ਼ਿਆਦਤੀ ਕੀਤੀ ਕੁਛ ਦਲਿਤ ਐਕਟਿਵਿਸਟ ਦੇ ਵਿਰੁੱਧ, ਅਤੇ ਮਾਮਲਾ ਸ਼ੁਰੂ ਹੋਇਆ ਸੀਗਾ ਦਲਿਤ ਝੂਠੇ ਸਰਟੀਫਿਕੇਟਾਂ ਦਾ। ਹਰਪ੍ਰੀਤ ਕੇ ਸਿੰਘ, ਜੋ ਕਿ IAS ਅਲਾਈਡ ਦੇ ਵਿੱਚ ਨਰਿੰਦਰ ਤੋਮਰ ਦੇ ਨਾਲ ਐਗਰੀਕਲਚਰ ਮੰਤਰਾਲੇ ਦਿੱਲੀ ਦੇ ਵਿੱਚ ਲੱਗਿਆ ਹੋਇਆ। 5ਵਾਂ ਇਸ਼ੂ ਅਸੀਂ ਚੇਕਅਪ ਕੀਤਾ ਜੀ NRI ਦੀ ਕੋਠੀ ਜਗਰਾਉਣ ਵਾਲੀ ਅਮਰਜੀਤ ਕੌਰ ਬਰੈਂਪਟਨ ਰਹਿੰਦੀ ਆ, ਅਤੇ ਉਹ ਦੱਬੀ ਕੀ ਨੇ, ਦੱਬੀ ਮਾਣੂ ਕੇ MLA ਦੇ ਬੰਦਿਆਂ ਨੇ, ਅਤੇ ਫਿਰ ਉਹਦੇ ਵਿੱਚ ਵੱਡਾ ਜਿਹੜਾ ਦੋਸ਼ੀ ਨਿਕਲਿਆ ਕਰਮ ਸਿੰਘ ਐਡਵੋਕੇਟ। ਸੋ ਰਿਪੀਟ ਕਰਦੇ ਹਾਂ, ਜਗਰਾਉਣ ਵਾਲੀ ਕੋਠੀ ਦਾ ਮਸਲਾ ਅਸੀਂ ਟੇਕਅਪ ਕੀਤਾ ਜੂਨ 'ਚ, 14/6/2023 ਤੋਂ ਪਹਿਲਾ ਐਪੀਸੋਡ ਕੀਤਾ। ਇਸ ਐਪੀਸੋਡ ਦੇ ਵਿੱਚ ਇੱਕ ਜਿਹੜਾ ਲਾਸਟ ਕੀਤਾ 244, ਉਹਦੇ ਵਿੱਚ ਅਸੀਂ ਦਸਤਾਵੇਜ਼ਾਂ ਦੀ ਫੋਰੈਂਸਿਕ ਜਾਂਚ ਆਪਣੇ ਪੱਧਰ 'ਤੇ ਪ੍ਰਾਈਵੇਟਲੀ ਕਰਾ ਕੇ ਸਿੱਧ ਕਰਤਾ ਸੀ ਕਿ ਇਹ ਸਾਰਾ ਕਾਰਯਕ੍ਰਮ ਜਿਹੜਾ ਕੀਤਾ ਮਾਣੂ ਕੇ MLA ਨੇ ਉਹ ਜਾਅਲੀ ਆ, ਝੂਠਾ, ਅਤੇ ਰਜਿਸਟਰੀ ਦੀ ਜਿਹੜੀ ਸਾਰੀ ਪ੍ਰਕਿਰਿਆ ਪ੍ਰੋਸੀਜਰ ਝੂਠਾ,
ਅਤੇ ਜਿਹੜੀ ਜੀ ਪੀ ਏ ਆ ਉਹ 'ਤੇ ਦਸਖਤ ਜਾਲੀ, ਜਿੰਨਿਆਂ ਦੇ ਵੀ ਜਾਲੀ, ਨੰਬਰਦਾਰ ਦਾ ਜਾਲੀ ਅਤੇ ਅਮਰਜੀਤ ਕੌਰ ਦੇ ਬੇਟੇ ਦੇ ਦਸਖਤ ਜਾਲੀ। ਉਹਨਾਂ ਖਬਰਾਂ ਤੋਂ ਬਾਅਦ ਪੰਜਾਬ ਪੁਲਿਸ ਵਾਸਤੇ ਭੱਜਣ ਨੂੰ ਰਾਹ ਨਹੀਂ ਲੱਭਿਆ। ਅਤੇ ਹੁਣ ਤੁਹਾਨੂੰ ਦੱਸ ਦਈਏ ਕਿ ਉਹ ਕੋਠੀ ਵਾਪਸ ਅਮਰਜੀਤ ਕੌਰ ਕੈਨੇਡਾ ਦੀ ਜਿਹੜੀ ਰਹਿਣ ਵਾਲੀ ਆ ਉਹਨੂੰ ਮਿਲ ਗਈ ਆ, ਪਰ ਅਦਾਲਤੀ ਕਾਰਵਾਈ ਚੱਲਦੀ ਆ, ਉਹਦੇ ਨਾਂ ਕੋਠੀ ਕਾਗਜ਼ਾਂ ਦੇ ਵਿੱਚ ਹਜੇ ਹੋਈ ਨਹੀਂ, ਮਾਮਲਾ ਲਟਕਿਆ ਹੋਇਆ। ਪੁਜੈਸ਼ਨ ਖੈਰ ਪੁਲਿਸ ਨੇ ਥੋੜ੍ਹੀ ਬਹੁਤ ਅਕਲ ਕਰਦੇ ਹੋਏ ਆਪਣਾ ਜਿਹੜਾ ਹੈਗਾ ਇਨਫਲੂਐਂਸ ਵਰਤਦੇ ਹੋਏ ਉਹਨਾਂ ਨੂੰ ਵਾਪਸ ਦਵਾ ਦਿੱਤੀ ਆ। ਸੋ ਇਹ ਤਾਂ ਮਸਲਾ ਹੋ ਗਿਆ ਜਗਰਾਉਣ ਵਾਲੀ ਕੋਠੀ ਦਾ। ਇਸ਼ੂ ਨੰਬਰ 6 ਜਿਹੜਾ ਅਸੀਂ ਟੇਕਅਪ ਕੀਤਾ, ਉਹ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੈਲੀਕਾਪਟਰ ਸਕੈਂਡਲ ਦਾ ਸੀ। ਇਹ ਅਸੀਂ ਟੇਕਅਪ ਕੀਤਾ ਜੀ ਜੂਨ ਦੇ ਮਹੀਨੇ 29/6/23 ਨੂੰ ਪਹਿਲਾ ਐਪੀਸੋਡ ਕੀਤਾ। ਐਪੀਸੋਡ ਅਸੀਂ ਇਹ 'ਚ ਟੋਟਲ ਕੀਤੇ 5, ਅਤੇ ਪਹਿਲਾ ਸੀਗਾ 250, 251, 252, 253, ਅਤੇ ਫਿਰ ਲਾਸਟ ਸੀਗਾ 254। ਹੈਲੀਕਾਪਟਰ ਦਾ ਮਾਮਲਾ ਇਉਂ ਸੀ ਕਿ ਇੱਕ ਰਿਟਾਇਰਡ ਕਰਨਲ ਜਿਹੜਾ ਕਿ ਕਾਰਗਿਲ ਦੀ ਲੜਾਈ ਲੜ ਚੁੱਕਿਆ ਸੀ, ਉਹਨੇ ਆਪਦੀ ਰਿਟਾਇਰਮੈਂਟ ਤੋਂ ਬਾਅਦ ਇੱਕ ਕੰਪਨੀ ਸ਼ੁਰੂ ਕੀਤੀ, ਜਹਾਜ਼ ਕਿਰਾਏ 'ਤੇ ਦੇਣੇ ਸ਼ੁਰੂ ਕੀਤੇ ਹੈਲੀਕਾਪਟਰ। ਅਤੇ ਫਿਰ ਇਲੈਕਸ਼ਨਾਂ 'ਚ ਅਮਰਿੰਦਰ ਨੇ ਜਹਾਜ਼ ਲੈ ਲਿਆ, ਇਹਦੇ ਵਿੱਚ ਸ਼ਾਮਲ ਹੋਏ ਉਹਦਾ ਚੀਫ ਸਕਿਉਰਿਟੀ ਜਿਹੜਾ ਆਫਿਸਰ ਸੀ ਖੂਬੀ ਰਾਮ, ਅਤੇ ਇਹਦੇ ਵਿੱਚ ਇੱਕ ਹੋਰ ਕਰਨਲ ਜਿਹੜਾ ਏਵੀਏਸ਼ਨ ਐਡਵਾਈਜ਼ਰ ਸੀ ਉਹ ਵੀ ਨਾਲ ਸ਼ਾਮਲ ਸੀ। ਇਹ ਸਾਰਾ ਜਹਾਜ਼ ਚਲਾਉਣ ਤੋਂ ਬਾਅਦ ਪੈਸੇ ਨਹੀਂ ਦਿੱਤੇ ਬੰਦੇ ਨੂੰ ਕਰਨ ਵਾਲੋਂ, ਅਤੇ ਇਹ ਜ਼ਿੰਮੇਵਾਰੀ ਪੈਸੇ ਦੇਣ ਦੀ ਸੀਗੀ ਜਿਹੜਾ ਟਰਾਈਡੈਂਟ ਵਾਲਾ ਮਾਲਕ ਹੈ ਕੰਪਨੀ ਦਾ ਮਿਸਟਰ ਗੁਪਤਾ, ਅਤੇ ਗੁਪਤੇ ਨੇ ਪੈਸੇ ਦੇਣੇ ਸੀ, ਦਿੱਤੇ ਹੈ ਨਹੀਂ। ਉਹ ਸਾਰੇ ਵਿਸਤਾਰ ਤੁਸੀਂ ਇਹਨਾਂ 5 ਐਪੀਸੋਡਸ ਦੇ ਵਿੱਚ ਦੇਖ ਸਕਦੇ ਹੋ। ਮਾਮਲਾ ਹੁਣ ਲੋਅਰ ਕੋਰਟ ਸੈਕਟਰ 43 ਚੰਡੀਗੜ੍ਹ ਚੱਲਦਾ ਹੈ, ਜਿੱਥੇ ਕੋਰਟ ਨੇ ਇਸ ਸ਼ਿਕਾਇਤ ਨੂੰ ਇੱਕ ਤਰ੍ਹਾਂ ਨਾਲ ਇਸਤਗਾਸਾ ਮੰਨਦੇ ਹੋਏ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ਼ੂ ਨੰਬਰ 7 ਹੈਗਾ ਜੀ ਇਰੀਗੇਸ਼ਨ ਸਕੈਮ। ਸਿੰਚਾਈ ਵਿਭਾਗ ਦਾ 1,000 ਕਰੋੜ ਰੁਪਏ ਦਾ ਸਕੈਮ, ਮੁੱਖ ਦੋਸ਼ੀ ਗੁਰਿੰਦਰ ਸਿੰਘ ਕੰਟਰੈਕਟਰ, ਅਤੇ ਤਰੀਕ ਸੀਗੀ ਸਤੰਬਰ ਦਾ ਮਹੀਨਾ 17/9/23 ਨੂੰ ਅਸੀਂ ਇਸ਼ੂ ਟੇਕਅਪ ਕੀਤਾ। ਇੱਥੇ ਕਈ ਐਪੀਸੋਡ ਕੀਤੇ, ਪਹਿਲਾ ਐਪੀਸੋਡ 301 ਕੀਤਾ, ਬਾਕੀ ਐਪੀਸੋਡ ਅਸੀਂ ਲੱਭ ਨਹੀਂ ਸਕੇ ਸਾਡੇ ਚੈਨਲ 'ਤੇ, ਮਾਫ਼ ਕਰਨਾ, ਅਸੀਂ ਮਾਫ਼ੀ ਚਾਹਾਂਗੇ। ਅਤੇ ਇਸ ਸਕੈਂਡਲ ਦੇ ਵਿੱਚ ਜੀ 2 ਅਕਾਲੀ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਅਤੇ ਜਨਮੇਜਾ ਸਿੰਘ ਸੇਖੋਂ ਫਸੇ ਹੋਏ ਆ, ਅਤੇ 3 IAS ਅਫਸਰ, 1 ਸਾਬਕਾ ਚੀਫ ਸੈਕਟਰੀ ਸਰਵੇਸ਼ ਕੌਸ਼ਲ, ਅਤੇ ਦੂਜਾ ਸਪੈਸ਼ਲ ਚੀਫ ਸੈਕਟਰੀ KBS ਸਿੱਧੂ, ਅਤੇ ਪ੍ਰਿੰਸੀਪਲ ਸੈਕਟਰੀ ਕਾਨ ਸਿੰਘ ਪੰਨੂ, ਅਤੇ ਮਾਮਲਾ ਵਿਜੀਲੈਂਸ ਕੋਲ ਆ। ਵਿਜੀਲੈਂਸ ਨੇ ਜੋ ਤਾਜ਼ਾ ਸਥਿਤੀ ਹੈ, ਕੋਈ ਕਾਰਵਾਈ ਇਹ 'ਤੇ ਹੁਣ ਤੱਕ ਕੀਤੀ ਨਹੀਂ। ਇਹਨਾਂ ਨੂੰ ਬੁਲਾ ਕੇ ਸਵਾਲ ਜਵਾਬ ਜ਼ਰੂਰ ਪੁੱਛੇ, ਖਬਰਾਂ ਛੁਪਾਈਆਂ ਜੀ, 5 ਘੰਟੇ ਪੁੱਛ ਗਿੱਛ ਹੋ ਗਈ, 4 ਘੰਟੇ ਹੋ ਗਈ, ਪਰ ਉਦੋਂ ਬਾਅਦ ਵਿਜੀਲੈਂਸ ਬਿਊਰੋ ਨੇ ਡੱਕਾ ਅੱਗੇ ਤੋੜਿਆ ਜੀ। 8ਵਾਂ ਮੁੱਦਾ ਅਸੀਂ ਚੁੱਕਿਆ ਮੁਕਤਸਰ ਦਾ, ਜਿੱਥੇ ਪੁਲਿਸ ਅਤੇ ਵਕੀਲਾਂ ਦੇ ਵਿੱਚ ਲੜਾਈ ਸ਼ੁਰੂ ਹੋ ਗਈ। ਉਹਦੇ ਵਿੱਚ ਮੁੱਦਾ ਸੀਗਾ ਇੱਕ ਵਕੀਲ ਨੂੰ ਫੜ ਕੇ ਕੁੱਟਣਾ, ਕੁੱਟਮਾਰ ਕਰਨੀ, ਕਹਿੰਦੇ ਜੀ ਉਹਦੀ ਅਸ਼ਲੀਲ ਵੀਡੀਓ ਬਣਾਈ ਥਾਣੇ 'ਚ, ਅਤੇ ਇਹ ਸਪਟੰਬਰ ਦੇ ਮਹੀਨੇ 'ਚ ਟੇਕਅਪ ਕੀਤਾ। ਤਰੀਕ ਸੀ 30/9/2023, ਐਪੀਸੋਡ ਨੰਬਰ 313, 314,
319, 333 ਤੇ 384 ਕੁੱਲ ਹੋਏ ਜੀ ਐਪੀਸੋਡ 5। ਤੁਸੀਂ ਇਹ ਵੇਖ ਸਕਦੇ ਹੋ ਇਹਦੇ ਵਿੱਚ ਅਸੀਂ ਇਹ ਕੰਕਲੂਡ ਕੀਤਾ, ਰਿਜ਼ਲਟ ਕੱਢਿਆ ਕਿ ਇਹੋ ਜਿਹੀ ਕੋਈ ਵੀਡੀਓ ਐਗਜ਼ਿਸਟ ਕਰਦੀ ਨਹੀਂ ਜਿਹਦੀ ਜਿਹੜੀ ਕਿ ਅਸ਼ਲੀਲ ਹੋਵੇ, ਅਤੇ ਇਹ ਜਿਹੜਾ ਬਿਆਨ ਦਿੱਤਾ ਵਕੀਲ ਨੇ ਇਹ ਪੜ੍ਹਿਆ ਪੜ੍ਹਾਇਆ ਬਿਆਨ ਸੀ। ਅਤੇ ਵਕੀਲ ਇਕੱਠੇ ਹੋ ਗਏ, ਅਦਾਲਤਾਂ ਦਾ ਕੰਮ ਠੱਪ ਕਰਤਾ, ਕੋਰਟਸ ਵਰ ਹੈਲਡ ਟੂ ਰੈਨਸਮ, ਅਸੀਂ ਤਗੜੇ ਪੈਰੀ ਹੋ ਕੇ ਵਕੀਲਾਂ ਨੂੰ ਜਿਹੜਾ ਹੈਗਾ ਤੱਥ ਉਹਨਾਂ ਦੇ ਸਾਹਮਣੇ ਰੱਖੇ। ਅਤੇ ਇਹਦੇ ਵਿੱਚ ਹੁਣ ਲੇਟੈਸਟ ਪੋਜੀਸ਼ਨ ਇਹ ਆ ਕਿ ਜਿਹੜਾ ਕੇਸ ਆ ਵਕੀਲਾਂ ਦੇ ਵਿਰੁੱਧ, ਜਿਹੜਾ ਵਕੀਲ ਸੀਗਾ ਉਹਦੇ ਵਿਰੁੱਧ ਵਾਪਸ ਹੋ ਗਿਆ, ਡਿਸਚਾਰਜ ਹੋ ਗਿਆ ਸੀ, ਉਦੋਂ ਹੀ ਹੋ ਗਿਆ ਸੀ ਜਦੋਂ ਹੜਤਾਲ 'ਤੇ ਚਲੇ ਗਏ ਸੀ। ਜਿਹੜੇ ਪੁਲਿਸ ਵਾਲੇ ਆ ਉਹਨਾਂ ਦੇ ਵਿਰੁੱਧ ਪਰਚਾ ਦਰਜ ਹੋਇਆ ਸੀ, ਅਰੈਸਟ ਹੋਏ ਸੀ, ਉਹ ਕੈਂਸਲੇਸ਼ਨ ਰਿਪੋਰਟ ਆ ਗਈ, ਅਦਾਲਤ ਨੇ ਐਕਸੈਪਟ ਕਰਤੀ, ਯਾਨੀ ਕਿ ਉਹ ਵੀ ਛੱਡਤੇ। ਅਤੇ ਉਹ 'ਚ ਫਸਿਆ ਕੌਣ ਹੋਇਆ? ਉਹ ਨੀਟਾ ਫਸਿਆ ਹੋਇਆ ਪਿੰਡ ਸੋਹਣੇ ਵਾਲੇ ਦਾ, ਜਿਹਦੇ ਇਲਜ਼ਾਮ ਸੀ ਕਿ ਉਹ ਚਿੱਟਾ ਵੇਚਦਾ। ਖੈਰ ਸੋਹਣੇ ਵਾਲੇ ਪਿੰਡ 'ਤੇ ਅਸੀਂ ਜਾ ਕੇ ਅਖੀਰਲੀ ਵੀਡੀਓ 384 ਕੀਤੀ। ਇਸ ਕਾਂਡ ਦੇ ਵਿੱਚ ਭਗਵੰਤ ਮਾਨ ਮੁੱਖ ਮੰਤਰੀ ਨੇ ਜੋ ਕਾਰਵਾਈ ਕਰਵਾਈ, ਪੁਲਿਸ ਵਾਲੇ ਬਿਨਾਂ ਜਾਂਚ ਤੋਂ ਗ੍ਰਿਫਤਾਰ ਕਰਾਏ, ਉਹਦੀ ਅਸੀਂ ਭਰਵੀਂ ਨਿੰਦਿਆ ਕੀਤੀ ਅਤੇ ਕਿਹਾ ਕਿ ਮੁੱਖ ਮੰਤਰੀ ਨੇ ਫੈਸਲਾ ਗਲਤ ਕੀਤਾ। ਨੌਵਾਂ ਮੁੱਦਾ ਦੁਬਾਰਾ ਤੁਹਾਨੂੰ ਦੱਸ ਦਿੰਦੇ ਹਾਂ, ਵਿਜੀਲੈਂਸ ਬਿਊਰੋ ਵੱਲੋਂ ਦਲਿਤਾਂ 'ਤੇ ਕੀਤੀ ਜ਼ਿਆਦਤੀ ਬਾਰੇ ਸੀ। ਇਹਦੇ ਵਿੱਚ ਬਲਬੀਰ ਸਿੰਘ ਮੁੱਖ ਤੌਰ 'ਤੇ ਮਤਲਬ ਕਿ ਵਿਕਟਮ ਬਣਿਆ। ਇਹਦੇ ਵਿੱਚ ਥੋੜ੍ਹੀ ਜਿਹੀ ਰੈਪੀਟੀਸ਼ਨ ਹੋਊਗੀ, ਇਹ ਐਪੀਸੋਡ ਅਸੀਂ ਤੁਹਾਨੂੰ ਪਹਿਲਾਂ ਦੱਸ ਚੁੱਕੇ ਹਾਂ, ਦੁਹਰਾ ਦਿੰਦਾ। ਕੇਂਦਰਿਤ ਸਿਰਫ ਮਾਮਲਾ ਦਲਿਤਾਂ 'ਤੇ, 11 ਕੁੱਲ ਐਪੀਸੋਡ, ਅਤੇ ਇਹਦੇ ਵਿੱਚ ਬਣਾਏ ਜੀ ਅਸੀਂ 325 ਐਪੀਸੋਡ ਨੰਬਰ, 326, 327, 328, 329, 331, 332, 335, 342, 344 ਅਤੇ 355। ਇਹ ਐਪੀਸੋਡਸ ਕਰਦੇ ਹੋਏ ਸਾਨੂੰ ਤੁਹਾਨੂੰ ਯਾਦ ਦਵਾ ਦਈਏ, ਕਿਸੇ ਪਾਸੋਂ ਇੱਕ ਧਮਕੀ ਆਈ ਸੀ ਕਿ ਅਗਲੀ ਗ੍ਰਿਫਤਾਰੀ ਰਜਿੰਦਰ ਸਿੰਘ ਤੱਗੜ ਦੀ ਆ, ਕਿਉਂਕਿ ਉਹ ਪੇਡ ਨਿਊਜ਼ ਕਰਦਾ ਅਤੇ ਵਿਜੀਲੈਂਸ ਬਿਊਰੋ ਦੇ ਵਿਰੁੱਧ ਉਹਨੇ ਕੰਪੇਨ ਸ਼ੁਰੂ ਕੀਤਾ ਹੋਇਆ। ਅਸੀਂ ਡਟ ਕੇ ਅਸੀਂ ਉਹਨਾਂ ਨੂੰ ਖੁੱਲ੍ਹੇਆਮ ਕਿਹਾ ਕਿ ਮੈਂ ਤਿਆਰ ਹਾਂ ਗ੍ਰਿਫਤਾਰੀ ਲਈ, ਆ ਜਾਓ ਸਾਬਤ ਕਰੋ ਕਿ ਮੈਂ ਕੋਈ ਗੜਬੜ ਕੀਤੀ ਆ। ਖੈਰ ਉਦੋਂ ਬਾਅਦ ਮਾਮਲਾ ਮੁੱਕ ਗਿਆ। ਹਜੇ ਇੱਕ ਮਾਮਲਾ ਕਿਤੇ ਵਿੱਚ ਵਿਚਾਲੇ ਜਾਂ ਚੱਲਦਾ, ਉਹ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਦੱਸਾਂਗੇ, ਜਦੋਂ ਸਾਡੇ ਵੱਲੋਂ ਕੋਈ ਪਰਚਾ ਦਰਜ ਕਰਵਾਉਣ ਦੀ ਕਾਰਵਾਈ ਸਿਰੇ ਚੜ ਗਈ। ਇਸ਼ੂ ਨੰਬਰ 10 ਗੋਲਡਨ ਫੋਰੈਸਟ ਦੇ ਬਾਰੇ ਅਸੀਂ ਚੁੱਕਿਆ ਨਵੰਬਰ ਦੇ ਮਹੀਨੇ 'ਚ, 5/11/23 ਨੂੰ ਪਹਿਲਾ ਅਸੀਂ ਐਪੀਸੋਡ ਕੀਤਾ, 343 ਅਤੇ ਫਿਰ 356, 362 ਅਤੇ ਫਿਰ 371। ਇਹਨਾਂ ਚਾਰ ਐਪੀਸੋਡ ਦੇ ਵਿੱਚ ਅਸੀਂ ਇਹ ਖੁਲਾਸਾ ਕੀਤਾ ਕਿ ਭਗਵੰਤ ਮਾਨ ਮੁੱਖ ਮੰਤਰੀ ਨੇ ਆਦੇਸ਼ ਦਿੱਤਾ ਸੀ ਕਿ 30 ਦਿਨਾਂ ਦੇ ਅੰਦਰ ਅੰਦਰ ਇਹ ਨਜਾਇਜ਼ ਕਬਜ਼ੇ 1843 ਏਕੜ ਤੋਂ ਛੁਡਾ ਕੇ ਮੈਨੂੰ ਰਿਪੋਰਟ ਭੇਜੀ ਜਾਏ। ਅਸੀਂ ਭਗਵੰਤ ਮਾਨ ਦੇ ਇਸ ਆਦੇਸ਼ ਦੀ ਤਾਰੀਫ ਕੀਤੀ ਸੀ, ਕਿਹਾ ਸੀ ਕਿ ਪਿਛਲੇ ਮੁੱਖ ਮੰਤਰੀਆਂ ਨੇ, ਕੈਪਟਨ ਅਤੇ ਬਾਦਲ ਨੇ ਇਹੋ ਜਿਹਾ ਕੁਛ ਕੀਤਾ ਨਹੀਂ ਸੀ। ਅਤੇ ਫਿਰ ਇਹ ਵੀ ਕਿਹਾ ਸੀ ਮਾਨ ਸਾਹਿਬ ਨੂੰ ਵੀ ਦੇਖਣਾ ਇਹ ਹੈ ਤੁਸੀਂ ਇਹਨੂੰ ਇੰਪਲੀਮੈਂਟ ਕਰਾ ਸਕਦੇ ਹੋ ਕਿ ਨਹੀਂ, ਤੁਹਾਡੇ ਡੌਲੇ 'ਚ ਦਮ ਕਿੰਨਾ ਹੈ। ਅਤੇ ਆਖਰਕਾਰ ਸਾਬਤ ਇਹ ਹੋਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਡੌਲਿਆਂ 'ਚ ਦਮ ਨਹੀਂ ਨਿਕਲਿਆ, ਜ਼ਮੀਨ ਹਜੇ ਤੱਕ ਇਹ ਛੁਡਾਈ ਨਹੀਂ ਜਾ ਸਕੀ, ਉੱਥੇ ਦਰਖਤ ਵੀ ਬਣਾਉਣੇ ਸ਼ੁਰੂ ਹੋ ਗਏ ਆ। ਸੋ ਗੋਲਡਨ ਫੋਰੈਸਟ ਦੇ ਇਸ਼ੂ ਨੂੰ ਵੀ ਹੈਵ ਟੇਕਨ ਇਟ ਅਪ ਇਨ ਅ ਬਿਗ ਵੇ। ਇਸ਼ੂ ਨੰਬਰ 11
ਜਹਾਜ਼ ਗਰਾਊਂਡ ਯਾਨੀ ਕਿ ਏਅਰਫੀਲਡ ਫਿਰੋਜ਼ਪੁਰ ਦਾ ਅਸੀਂ ਚੁੱਕਿਆ। ਮਹੀਨਾ ਸੀਗਾ ਮਾਰਚ, 8-3 ਨੂੰ ਅਸੀਂ ਪਹਿਲੀ ਖਬਰ ਕੀਤੀ ਅਤੇ ਫਿਰ 25-12 ਨੂੰ ਅਸੀਂ ਅਖੀਰਲੀ ਕੀਤੀ। ਐਪੀਸੋਡ ਨੰਬਰ ਹੈਗੇ ਹੈ ਜੀ 165, 184, 348 ਅਤੇ 392। ਇਸ ਖਬਰ ਦੇ ਪਿੱਛੇ ਸਾਡੇ ਜਿਹੜੀ ਮੋਟੀਵੇਟਿੰਗ ਫੋਰਸ ਸੀ ਉਹ ਸੀ ਨਿਸ਼ਾਨ ਸਿੰਘ ਰਿਟਾਇਰਡ ਕਾਨੂੰ, ਜਿਨ੍ਹਾਂ ਨੂੰ ਅਸੀਂ ਸ਼ਾਬਾਸ਼ ਦਿੰਦੇ ਹਾਂ। ਉਹਨਾਂ ਦੇ ਇਹ ਸਦਕਾ ਅਸੀਂ ਖਬਰਾਂ ਕੀਤੀਆਂ ਅਤੇ ਇਹਦੇ ਉੱਤੇ ਜਾਂਚ ਹੋ ਗਈ। ਜਾਂਚ ਤੋਂ ਬਾਅਦ ਉੱਥੋਂ ਜਿਹੜਾ ਰਿਕਾਰਡ ਸੀ, ਜਿਹੜਾ ਰਜੇਸ਼ ਧਮਾਨ ਡੀ ਸੀ ਕਹਿੰਦਾ ਸੀ ਲੱਭਦਾ ਨਹੀਂ, ਹੋ ਸਕਦਾ ਪਾਕਿਸਤਾਨ 'ਚੋਂ ਲਿਆਉਣਾ ਪਊਗਾ, ਖੈਰ ਉਹ ਸਾਰਾ ਕੁਛ ਲੱਭ ਲੁੱਭ ਗਿਆ ਅਤੇ ਹਜੇ ਉਹ ਤਾਂ ਵੈਸੇ ਜ਼ਮੀਨ 'ਤੇ ਕੋਈ ਜਿਹੜੀ ਕਾਗਜ਼ੀ ਰੂਪ 'ਚ ਕਾਰਵਾਈ ਹੋਈ ਨਹੀਂ। ਜਿਹੜੇ ਦੋਸ਼ੀ ਸੀਗੇ ਅਧਿਕਾਰੀ ਉਹਨਾਂ ਵਿਰੁੱਧ ਵੀ ਕੋਈ ਕਾਰਵਾਈ ਨਹੀਂ, ਕੋਈ FIR ਨਹੀਂ। ਉਹਦੇ ਵਿੱਚ SCM ਜਿਹੜਾ ਹੁਣ IS ਬਣ ਗਿਆ, DPS ਖਰਬੰਦਾ ਸ਼ਾਮਿਲ ਸੀ, ਉਹਦੇ ਵਿੱਚ ਤਹਿਸੀਲਦਾਰ ਸ਼ਾਮਿਲ ਸੀ, ਕਈ ਪਟਵਾਰੀ ਅਤੇ ਕਾਨੂੰਗੋ ਸ਼ਾਮਿਲ ਸੀ। ਕਿਸੇ 'ਤੇ ਹਜੇ ਤੱਕ ਭਗਵੰਤ ਮਾਨ ਦੀ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਅਤੇ ਮਾਮਲਾ ਹੁਣ ਹਾਈਕੋਰਟ 'ਚ ਲੈ ਗਿਆ ਨਿਸ਼ਾਨ ਸਿੰਘ ਕਾਨੂੰਗੋ। ਔਰ ਉਹਨੇ ਬੇਨਤੀ ਕੀਤੀ ਆ ਹਾਈਕੋਰਟ ਨੂੰ ਕਿ ਤੁਸੀਂ ਤੁਰੰਤ ਇਹ 'ਤੇ FIR ਦਰਜ ਕਰਾਓ। ਹਾਈਕੋਰਟ ਨੇ ਆਦੇਸ਼ ਦਿੱਤਾ ਹੈ DC ਨੂੰ ਕਿ ਤੂੰ ਤੁਰੰਤ ਸਾਰੀ ਕਾਰਵਾਈ ਮੁਕੰਮਲ ਕਰਕੇ, ਰਿਪੋਰਟ ਕੰਪਲੀਟ ਕਰਕੇ, ਐਕਸ਼ਨ ਟੇਕਨ ਰਿਪੋਰਟ ਸਾਨੂੰ ਹਾਈਕੋਰਟ ਨੂੰ ਫਾਈਲ ਕਰੋ। ਇਸ਼ੂ ਨੰਬਰ 12th ਐਂਡ ਲਾਸਟ, ਇਹ ਹੈਗਾ ਜੀ ਤਾਜ਼ਾ ਇਸ਼ੂ। MLA NK ਸ਼ਰਮਾ, ਸ਼੍ਰੋਮਣੀ ਅਕਾਲੀ ਦਲ ਅਤੇ ਅੱਜ ਕੱਲ੍ਹ ਸ਼੍ਰੋਮਣੀ ਅਕਾਲੀ ਦਲ ਦੇ ਖਜ਼ਾਨਚੀ, ਬਹੁਤ ਵੱਡੇ ਕੋਲੋਨਾਈਜ਼ਰ ਬਿਲਡਰ, ਇਸ਼ੂ ਚੱਕਿਆ ਅਸੀਂ ਦਸੰਬਰ ਦੇ ਮਹੀਨੇ 23-12 ਨੂੰ ਪਹਿਲੀ ਖਬਰ, ਉਦੋਂ ਬਾਅਦ ਅਗਲੀ ਖਬਰ ਅਗਲੇ ਦਿਨ। 391 ਅਤੇ 394 ਐਪੀਸੋਡ ਨੰਬਰ, ਇਹਦੇ ਵਿੱਚ ਮਸਲਾ ਇਹ ਸੀ ਕਿ NK ਸ਼ਰਮਾ ਨੇ 1.5 ਏਕੜ ਸ਼ਾਮਲਾਟ ਦੇ ਜ਼ਮੀਨ 'ਤੇ ਨਜਾਇਜ਼ ਕਬਜ਼ਾ ਕੀਤਾ, ਝੂਠੀ ਰਜਿਸਟਰੀ ਕਰਾਈ ਅਤੇ ਫਿਰ ਨਾਲ ਉਹਦੇ ਜੋੜਤਾ ਸਵਿਤਰੀ ਗ੍ਰੀਨਜ਼ 2 ਹਾਊਸਿੰਗ ਪ੍ਰੋਜੈਕਟ। ਅਤੇ ਫਿਰ ਉਹ ਜਿਹੜਾ ਰਕਬਾ ਸੀ ਸ਼ਾਮਲਾਟ ਦਾ, ਕਰੀਬ 100 ਕਰੋੜ ਦੇ ਉਹਦੀ ਕੀਮਤ ਅੱਜ ਦੀ, ਅਤੇ ਉਹਦੇ ਵਿੱਚ ਸ਼ਰਮਾ ਜੀ ਕਹਿੰਦੇ ਕਿ ਡਿਪਟੀ ਸੈਕਟਰੀ ਨੇ ਆਦੇਸ਼ ਦਿੱਤਾ ਸੀ, ਇਹ ਮਾਲਕੀ ਵਾਲੀ ਜ਼ਮੀਨ ਬਣ ਗਈ ਸੀ, ਮੈਂ ਤਾਂ ਮਾਲਕਾਂ ਤੋਂ ਖਰੀਦੀ, ਕਿਸਾਨ ਜਿਨ੍ਹਾਂ ਨੂੰ ਮਾਲਕੀ ਦੇ ਰਾਈਟ ਮਿਲ ਗਏ। ਪਰ ਅਸੀਂ ਜਦੋਂ ਚੈੱਕ ਕੀਤਾ ਸਰਕਾਰ ਨਾਲ, ਇਹ ਬਿਲਕੁਲ ਬੇਬੁਨਿਆਦ ਦਾਵਾ, ਕਿਉਂਕਿ ਡਿਪਟੀ ਸੈਕਟਰੀ ਤਾਂ ਚੀਜ਼ ਹੀ ਬਹੁਤ ਨਿੱਕੀ ਜੀ ਹੈ, ਉਹਦੇ ਕੋਲ ਅਧਿਕਾਰ ਹੀ ਹੈ ਨਹੀਂ ਕਿਸੇ ਦੀ ਮਾਲਕੀ ਬਦਲ ਸਕੇ। ਮਾਲਕੀ ਸਰਕਾਰ ਖੁਦ ਨਹੀਂ ਬਦਲ ਸਕਦੀ, ਮਾਲਕੀ ਬਦਲਦੀ ਆ ਪਹਿਲਾਂ ਮਤਾ ਪੈਂਦਾ ਹੈ ਪਿੰਡ ਤੋਂ, ਫਿਰ ਉੱਪਰ ਨੂੰ ਜਾਂਦਾ ਪੰਚਾਇਤ ਵਿਭਾਗ 'ਚ, ਫਿਰ ਸਰਕਾਰ ਕੋਲ ਆਉਂਦਾ, ਫਿਰ ਕੈਬਨਿਟ ਡਿਸੀਜਨ ਲੈਂਦੀ ਆ। ਇਸ ਜ਼ਮੀਨ ਦਾ ਜਿਹਨੂੰ ਕਹਿੰਦੇ ਸ਼ਾਮਲਾਟ ਦੇ, ਇਹ ਆਪਣੇ ਆਦੇਸ਼ ਨਾਲ ਹਾਈਕੋਰਟ ਵੀ ਨਹੀਂ ਬਦਲ ਸਕਦੀ ਇਹਦੀ ਮਾਲਕੀ, ਅਨਲੈਸ ਪਿੰਡ ਵਾਸੀ ਮਤਾ ਯਾਨੀ ਕਿ ਪੰਚਾਇਤ ਰੈਜੋਲੂਸ਼ਨ ਨਾ ਪਾਉਣ। ਖੈਰ ਮਾਮਲੇ ਹੋਰ ਬਥੇਰੇ ਆਉਣੇ ਨੇ ਅੱਗੇ, ਅਸੀਂ ਤੁਹਾਡੇ ਸਾਹਮਣੇ ਰੱਖੀ ਚੱਲਾਂਗੇ ਅਤੇ ਅਸੀਂ ਤੁਹਾਨੂੰ ਦੁਬਾਰਾ ਕਹਿ ਦਿੰਦੇ ਹਾਂ, ਗੁਰੂ ਮਹਾਰਾਜ ਦੀ ਮਿਹਰ ਆ, ਡਰ ਖੌਫ ਹੈ ਨਹੀਂ, ਪੱਤਰਕਾਰੀ ਨਿਰੋਲ ਕਰਨੀ ਆ ਔਰ ਟਣਕਾ ਕੇ ਕਰਨੀ ਆ, ਟੌਰ ਨਾ ਕਰਨੀ ਆ, ਅਤੇ ਸਾਨੂੰ ਬਹੁਤ ਕੋਈ ਲਾਲਚ ਲੂਲਚ ਹੈ ਨਹੀਂ, ਖਰਚੇ ਸਾਡੇ ਸੀਮਿਤ ਆ, ਛੋਟਾ ਜਿਹਾ ਸਾਡਾ ਚੈਨਲ ਹੈ, ਪਰ ਸਾਡੇ ਚੈਨਲ ਦੀ ਜਿਹੜੀ ਆ ਕ੍ਰੈਡੀਬਿਲਟੀ ਉਹ ਬਹੁਤ ਜ਼ਿਆਦਾ ਨਜ਼ਰ ਆਉਂਦੀ ਆ, ਉਹਦਾ ਪ੍ਰਭਾਵ ਪੈਂਦਾ, ਕਿਉਂਕਿ ਤੁਸੀਂ ਸਾਰੇ ਦਰਸ਼ਕ ਸਾਡਾ ਚੈਨਲ ਵੇਖਦੇ ਹੋ, ਬਾਕੀ ਸਾਡੇ ਚੈਨਲ ਦੇ ਜਿਹੜੇ ਦਰਸ਼ਕ ਨੇ ਉਹ ਇੰਟੈਲੀਜੈਂਟ ਐਂਡ ਐਜੂਕੇਟਡ। ਮੈਂ
ਇਹਨਾਂ ਗੱਲਾਂ ਦੇ ਨਾਲ ਇਜਾਜ਼ਤ ਚਾਹੁੰਦਾ ਜੀ। ਇਹ ਸੀਗਾ ਰੀਕੈਪ ਐਪੀਸੋਡ ਜਿਹਦੇ ਵਿੱਚ ਅਸੀਂ 2023 ਦੇ ਵਿੱਚ ਆਪਣੇ ਜਿਹੜੇ ਕੰਮ ਦਾ ਤੁਹਾਨੂੰ ਜਾਇਜ਼ਾ ਲੈ ਕੇ ਦੱਸਿਆ, ਉਹ ਵੱਡੇ ਵੱਡੇ ਇਸ਼ੂ ਜਿਹੜੇ ਟੇਕਅਪ ਕੀਤੇ ਉਹਨਾਂ ਦੀ ਡਿਟੇਲ ਦਿੱਤੀ। ਮੈਨੂੰ ਰਜਿੰਦਰ ਤੱਗੜ ਨੂੰ ਆਗਿਆ ਦਿਓ ਜੀ। ਸਤਿ ਸ਼੍ਰੀ ਅਕਾਲ, ਨਮਸਕਾਰ, ਖੁਦਾ ਹਾਫਿਜ਼।